ਸਰਵਣ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਬੋਲਦਾ ਜੀ। ਸਾਡੀ 22 ਜੂਨ ਨੂੰ ਪਿੰਡ ਬੰਡਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਸੂਬਾ ਕਮੇਟੀ ਦੀ ਵਧਵੀ ਮੀਟਿੰਗ ਹੋਈ ਆ। ਉਹਦੇ 'ਚ ਬਹੁਤ ਸਾਰੇ ਅਹਿਮ ਫੈਸਲੇ ਕੀਤੇ ਗਏ ਆ। ਤੁਹਾਨੂੰ ਪਤਾ ਹੀ ਆ ਪਹਿਲਾਂ ਵੀ ਜਿਹੜੇ 3 ਆਰਡੀਨੈਂਸ ਮੋਦੀ ਸਰਕਾਰ ਨੇ 3 ਜੂਨ ਨੂੰ ਜਾਰੀ ਕੀਤੇ ਆ, ਜਿਹਦੇ ਕਾਰਨ ਜਿਹੜੇ ਦੇਸ਼ ਦੇ ਤਕਰੀਬਨ 42 ਕਰੋੜ ਲੋਕ ਨੇ ਜਿਹੜੇ ਜਿਹਨਾਂ ਨੂੰ ਚੀਜ਼ਾਂ ਲੈ ਕੇ ਖਰੀਦ ਕੇ ਖਾਣੀਆਂ ਹੁੰਦੀਆਂ, ਇਹ ਤੋਂ ਵੱਧ ਵੀ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਮਹਿੰਗੀਆਂ ਮਿਲਣੀਆਂ। ਕਿਉਂਕਿ ਜਿਸ ਕਿਸਮ ਦਾ ਆਰਡੀਨੈਂਸ ਲਿਆਂਦਾ ਗਿਆ, ਜ਼ਰੂਰੀ ਵਸਤਾਂ ਦਾ ਆਰਡੀਨੈਂਸ 220, ਕੰਪਨੀਆਂ ਨੂੰ ਭੰਡਾਰਨ ਕਰਨ ਦੀ ਸ਼ਕਤੀ ਮਿਲਣੀਆਂ, ਤਾਂ ਉਹਨਾਂ ਬਾਜ਼ਾਰ 'ਚ ਮਹਿੰਗੇ ਭਾਅ ਚੀਜ਼ਾਂ ਵੇਚਣੀਆਂ। ਇਹਦੋਂ ਗਾਹਾਂ ਦੇ 2 ਆਰਡੀਨੈਂਸ ਕਿਸਾਨਾਂ ਲਈ ਲਿਆਂਦੇ ਗਏ। ਉਹਦੇ ਵਿੱਚ ਜਿਹੜੇ ਖੇਤੀ ਮੰਡੀ ਦੇ ਵਿੱਚ ਕਾਰਪੋਰੇਟ ਦਾ ਦਾਖਲਾ ਖੁੱਲ੍ਹ ਗਿਆ, ਸਟੇਟਾਂ ਦੇ ਜਿਹੜੇ ਰੈਵਨਿਊ ਉਹਨਾਂ 'ਤੇ ਡਾਕਾ ਵੱਜਾ, ਅਤੇ ਪੰਜਾਬ ਮੰਡੀ ਬੋਰਡ ਦੇ ਜਿਹੜੇ ਅਧਿਕਾਰ ਆ ਉਹ ਖਤਮ ਹੋ ਰਹੇ ਆ। ਇਹਦੇ ਨਾਲ ਦੇ ਨਾਲ ਠੇਕਾ ਖੇਤੀ ਬਿੱਲ ਵੀ ਆ ਗਿਆ, ਇਹ ਉਤਪਾਦਾਂ ਦੇ ਸਮਝੌਤੇ ਕਰਨਗੇ। ਅਤੇ ਇਹਦੋਂ ਗਾਂਹ ਕਾਰਪੋਰੇਟ ਦਾ ਪੰਜਾਬ ਦੀਆਂ ਜ਼ਮੀਨਾਂ 'ਚ, ਕਿਸਾਨਾਂ ਦੀਆਂ ਜ਼ਮੀਨਾਂ 'ਚ ਦਾਖਲਾ ਜਿਹੜਾ ਖੁੱਲ੍ਹਾ ਹੋ ਗਿਆ। ਸੋ ਇਹ 3 ਆਰਡੀਨੈਂਸਾਂ ਨੂੰ ਵਾਪਸ ਕਰਾਉਣ ਲਈ, ਇਹਦੋਂ ਗਾਂਹ ਬਿਜਲੀ ਸੋਧ ਬਿੱਲ 2020 ਇਹ ਵਾਪਸ ਕਰਾਉਣ ਲਈ ਕੁਝ ਅਹਿਮ ਫੈਸਲੇ ਜਿਹੜੇ ਆ ਉਹ ਸੂਬਾ ਕਮੇਟੀ ਦੀ ਜਿਹੜੀ ਲੰਮੀ ਚੱਲੀ 7-8 ਘੰਟੇ ਉਹਦੇ 'ਚ ਫੈਸਲੇ ਕੀਤੇ ਗਏ। ਵੀ ਅਸੀਂ ਜਿਹੜਾ ਵਾ 5 ਜੁਲਾਈ ਤੋਂ ਸ਼ੁਰੂ ਕਰਕੇ 13 ਜੁਲਾਈ ਤੱਕ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ 7-8 ਕਾਨਫਰੰਸਾਂ ਕਰਾਂਗੇ, ਜਿੱਥੇ ਬਹੁਤ ਵੱਡੇ ਪੱਧਰ 'ਤੇ ਲੋਕਾਂ ਨੂੰ ਇਕੱਠੇ ਕਰਕੇ ਇਹਨਾਂ ਆਰਡੀਨੈਂਸਾਂ ਦੀ ਜਾਣਕਾਰੀ ਦਿੱਤੀ ਜਾਊਗੀ, ਤਿਆਰੀ ਕੀਤੀ ਜਾਊਗੀ। ਅਤੇ ਇਹ ਤੋਂ ਕਹਾਂ 21 ਜੁਲਾਈ ਨੂੰ ਜਿਹੜੇ ਆਪਣੇ ਪੰਜਾਬ ਦੇ ਪਾਰਲੀਮੈਂਟ ਮੈਂਬਰਸ ਨੇ ਸਾਰੇ, ਅਕਾਲੀ ਦਲ ਵਾਲੇ, ਭਾਜਪਾ ਵਾਲੇ, ਕਾਂਗਰਸ ਵਾਲੇ, ਉਹਨਾਂ ਦੀਆਂ ਜਿਹੜੀਆਂ ਕੋਠੀਆਂ ਉਹਨਾਂ ਦੇ ਘਰਾਂ ਦੇ ਘਰਾਓ ਕੀਤੇ ਜਾਣਗੇ। ਇਵੇਂ ਜਿਵੇਂ ਬੀਬੀ ਹਰਸਿਮਰਤ ਕੌਰ ਬਾਦਲ ਆ, ਉਹਨਾਂ ਦੇ ਘਰ ਵਾਲੇ ਸੁਖਬੀਰ ਸਿੰਘ ਬਾਦਲ ਜੀ ਉਹ ਵੀ ਹੈਗੇ ਨੇ ਪਾਰਲੀਮੈਂਟ ਮੈਂਬਰ, ਉਹਨਾਂ ਦਾ ਘਰਾਓ ਕੀਤਾ ਜਾਊ। ਜਲੰਧਰ ਦੇ ਵਿੱਚ ਅਸੀਂ ਘਰਾਓ ਕਰਾਂਗੇ। ਹੁਸ਼ਿਆਰਪੁਰ ਦੇ ਜਿਹੜੇ ਐਮ ਪੀ ਨੇ ਉਹ ਵਜ਼ੀਰ ਵੀ ਨੇ। ਇਸੇ ਤਰੀਕੇ ਨਾਲ ਗੁਰਦਾਸਪੁਰ ਦੇ ਵਿੱਚ ਸੰਨੀ ਜੀ ਨੇ, ਇਹਦੇ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਔਜਲਾ, ਇਸੇ ਤਰੀਕੇ ਨਾਲ ਤਰਨ ਤਾਰਨ ਦੇ ਵਿੱਚ ਡਿੰਪਾ ਜੀ ਵੀ ਇਹ ਪਾਰਲੀਮੈਂਟ ਮੈਂਬਰ ਨੇ। ਸੋ ਜਿੰਨਾਂ ਥਾਵਾਂ 'ਤੇ ਅਸੀਂ ਨਹੀਂ ਪਹੁੰਚ, ਉੱਥੇ ਮੰਗ ਪੱਧਰ ਪਹੁੰਚਾਏ ਜਾਣਗੇ। ਸੋ ਸਾਡੀ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਵੀ 21 ਜੁਲਾਈ 2020 ਨੂੰ ਪਾਰਲੀਮੈਂਟ ਮੈਂਬਰਾਂ ਦੇ ਘਰਾਂ ਦੇ ਘਰਾਓ ਹੋਣਗੇ। ਇਹਦੇ ਨਾਲ ਨਾਲ ਇਹਦੇ ਵਿੱਚ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ, ਜਿਹੜਾ 18ਵੇਂ ਦਿਨ ਵੀ ਹੁਣ ਪੈਟਰੋਲ ਦੀਆਂ ਕੀਮਤਾਂ ਵੱਧ ਗਈਆਂ, ਚਿੰਤਾ ਜ਼ਾਹਰ ਕੀਤੀ, ਮੰਗ ਕਰਦੇ ਸਰਕਾਰ ਇਹ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਵੇ। ਬਹੁਤ ਬੁਰੀ ਮਾਰ ਪੈ ਰਹੀ ਕਿਸਾਨ ਨੂੰ ਇਹਦੇ ਨਾਲ। ਇਹਦੋਂ ਗਾਹਾਂ ਗਾਹਾਂ ਬਿਜਲੀ ਦਾ ਕ੍ਰੈਸ਼ਰ ਆ ਪੰਜਾਬ ਦੇ ਵਿੱਚ। ਅਤੇ ਨਾਲ ਦੀ ਨਾਲ ਦੱਸ ਦਈਏ ਵੀ ਪੰਜਾਬ ਸਰਕਾਰ ਨੇ ਧਰਨਿਆਂ ਮੁਜ਼ਾਹਰਿਆਂ 'ਚ ਸਾਡੀ ਜਥੇਬੰਦੀ ਦੇ ਬਹੁਤ ਸਾਰੇ ਥਾਵਾਂ 'ਤੇ, ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹਾ, ਤਰਨ ਤਾਰਨ ਜ਼ਿਲ੍ਹਾ ਕੇਸ ਪਾਏ ਨੇ। ਉਹਨਾਂ ਕੇਸਾਂ ਨੂੰ ਵਾਪਸ ਲਾਉਣ ਲਈ 1 ਜੁਲਾਈ 2020 ਨੂੰ ਅੰਮ੍ਰਿਤਸਰ ਦਿਹਾਤੀ SSP ਦੇ ਦਫ਼ਤਰ ਗਾੜੀ ਵੀ ਧਰਨਾ ਦਿੱਤਾ ਜਾਊਗਾ। ਇਸੇ ਤਰੀਕੇ ਨਾਲ ਹੋ ਸਕਦਾ ਤਰਨ ਤਾਰਨ ਦੇ ਵਿੱਚ ਵੀ ਧਰਨਾ ਮੁਜ਼ਾਹਰਾ ਹੋਵੇ ਕੇਸ ਵਾਪਸ ਲੈਣ ਨੂੰ। ਸੋ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਗਾਂਹ ਵੱਡੇ ਐਲਾਨ ਕੀਤੇ। ਆਸ ਕਰਦੇ ਪੰਜਾਬ ਦੀ ਪੂਰੀ ਜਨਤਾ ਸਾਡਾ ਸਾਥ ਦਊਗੀ, ਪਾਰਟੀ ਬਾਜੀ ਧੜੇਬੰਦੀ ਤੋਂ ਉੱਪਰ ਹੋ ਕੇ ਇਹਨੇ ਜਿਹੜੇ ਮੁਜ਼ਾਹਰੇ ਪੰਜਾਬ ਵਾਸਤੇ, ਪੰਜਾਬ ਨੂੰ ਬਚਾਉਣ ਵਾਸਤੇ, ਪੰਜਾਬ ਦੀ ਖੇਤੀ ਨੂੰ ਬਚਾਉਣ ਵਾਸਤੇ ਆ। ਅਤੇ ਪੰਜਾਬ ਦੇ ਲੋਕਾਂ ਨੂੰ ਖੁੱਲ੍ਹਾ ਸੱਦਾ ਵੀ ਜਦੋਂ ਅਸੀਂ 21 ਜੁਲਾਈ ਨੂੰ ਪਾਰਲੀਮੈਂਟ ਦੇ ਜਿਹੜੇ ਮੈਂਬਰ ਉਹਨਾਂ ਦੇ ਘਰਾਂ ਦੇ ਘਰਾਓ ਨੂੰ ਜਾਂਦੇ, ਤਾਂ ਵੱਡੇ ਤੋਂ ਵੱਡੇ ਰੂਪ 'ਤੇ ਸਾਡਾ ਸਾਥ ਦਿੱਤਾ ਜਾਵੇ। ਧੰਨਵਾਦ।